ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸਪੋਰ ਕਸਬੇ ਵਿੱਚ ਰੱਖਿਆ ਬਲਾ ਨਾਲ ਇੱਕ ਮੁਕਾਬਲੇ ਦੌਰਾਨ ਲਸ਼ਕਰ-ਏ-ਤੈਬਾਦੇ ਚੋਟੀ ਦੇ ਕਮਾਂਡਰ ਸਮੇਤ ਤਿੰਨ ਆਤਵਾਦੀ ਡੇਰ ਕਰ ਦਿੱਤੇ ਗਏ ਜੰਮੂ ਕਸ਼ਮੀਰ ਦੇ ਪੁਲਿਸ ਆਈਜੀ ਵਿਜੇ ਕੁਮਾਰ ਨੇ ਦੱਸਿਆ ਕਿ ਸਪੋਰ ਵਿੱਚ ਆਤਵਾਦੀਆਂ ਦੀ ਮੌਜੂਦਗੀ ਬਾਰੇ ਸੂ ਮਿਲਣ ਮਗਰੋਂ ਸਪੈਸ਼ਲ ਆਪਰੇਸ਼ਨ ਗਰੁੱਪ ਪਾਰਟੀ ਫੌਜ ਤੇ ਸੀਆਰਪੀਐਫ ਵੱਲੋਂ ਬੀਤੀ ਰਾਤ ਇਲਾਕੇ ਦੀ ਕੇਰਾਬੰਦੀ ਕਰਕੇ ਤਲਾਸ਼ੀ ਅਭਿਆਨ ਵਿੱਢਿਆ ਗਿਆ ਉਹਨਾਂ ਨੇ ਦੱਸਿਆ ਕਿ ਜਦ ਸੁਰੱਖਿਆਬਲ ਇੱਕ ਖਾਸ ਥਾਵਲ ਅੱਗੇ ਵਧ ਰਿਹਾ ਸੀ ਤਾਂ ਲੁਕੇ ਹੋਏ ਆਤਵਾਦੀਆਂ ਨੇ ਆਟੋਮੈਟਿਕ ਹਥਿਆਰਾਂ ਨਾਲ ਫਾਇਰਿੰਗ ਸ਼ੁਰ ਸੁਰਖਿਆ ਬਲਾਂ ਨੇ ਜਵਾਬੀ ਕਾਰਵਾਈ ਸ਼ੁਰੂ ਕੀਤੀ ਫਾਇਰਿੰਗ ਦੌਰਾਨ ਤਿੰਨ ਆਤਵਾਦੀ ਮਾਰੇ ਗਏ ਜਿਨ੍ਹਾਂ ਵਿੱਚ ਲਸ਼ਕਰ-ਏ-ਤੇਬਾਦਾ ਕੋਟੀ ਦਾ ਚੋਟੀ ਦਾ ਕਮਾਂਡਰ ਮੁਦੱਸਰ ਪੰਡਿਤ ਤੇ ਇੱਕ ਵਿਦੇਸ਼ੀ ਅਸਰਾਰ ਉਰਫ ਅਬਦੁੱਲਾ ਸ਼ਾਹਮੇਸਨ ਆਈਜੀ ਵਿਜੇ ਕੁਮਾਰ ਨੇ ਦੱਸਿਆ ਕਿ ਮੁਦੱਸਰ ਪੰਡਿਤ ਤਿੰਨ ਪੁਲਿਸ ਕਰਮੀਆਂ ਦੋ ਕੌਂਸਲਰਾਂ ਤੇ ਕਈ ਨਾਗਰਿਕਾਂ ਦੀ ਹੱਤਿਆ ਲਈ ਜ਼ਿੰਮੇਵਾਰ ਸੀ